आज मित्रों दिल बड़ा भरिया होया है, दिल मन बड़ा परेशान है। जो हिंदुस्तान दे हालात अज दी डेट दे विच साडे प्रधानमंत्री मोदी ने, जो पंजाब दे हालात प्रधानमंत्री मोदी ने बेड़ा गर्क कीता है पंजाब दा, और जो किसानां दा हाल कीता है, दुर्गति कीती है, तकरीबन आपां पिछले 2-3 महीनियां तों देख रहे हां। ना तां किसान, ना ही उन्हां दे परिवार वाले, ना ही उन्हां दे बच्चे, ना ही पूरा पिंड, ना ही पूरा शहर, ना ही सारी पंजाब दी दुनिया, पंजाब दे लोग किसे ने एक मिंट दा भी चैन जिहड़ा उन्हां दे जिंदगी दा हक बनता सीगा कि सानू चैन दी जिंदगी जीन दिओ, वह सारा उन्हां तों खोह लिया गया। कारपोरेट घराणियां नूं उन्हां दा लाभ देण नूं, उन्हां दीआं जमीनां दा फलसफे पढ़ते गए, तशद्दद कर दित्ती गई, रातों रात दिमाग खराब कर दिते गए। जदों दे साडे मोदी साहब बने प्रधानमंत्री, पहलां तां इन्हां ने अज तों 3 साल पहलां नोटबंदी करती, असी अपने पैसे लैण लई ही लाइनां दे विच लग गए। किन्नी लोकां दा घाण होया, लोकतंत्र दा घाण होया, किन्ने लोग मरे, किन्ने लोकां दे विआह टुट गए, किन्ना कुछ खराब होया, सारी दुनिया ने देखिया। फिर इन्हां दा ढिड नहीं भरिया, फिर इन्हां ने GST लिया दित्ती, जिहदे नाल छोटे दुकानदार, वड्डे दुकानदार, बिजनेसमैन सारे मारते, कारोबार खत्म हो गया। तकरीबन जिन्हां दा 100% कारोबार सी, तकरीबन 25 पैसे कारोबार रह गया। टैक्स इन्ने ज़्यादा वधाते, हर एक चीज़ ते GST लाती, पर पेट्रोल ते डीजल ते नहीं लाई। जिहदा जदों कांग्रेस सरकार सी, मनमोहन सिंह जी दी सरकार सी, उपर सेंटर दे विच 40 तों 45 रुपये रेट सीगा पेट्रोल और डीजल दा, हुण उही रेट देखो दुगना 75 और 85 रुपये रेट है। और जिहड़ा रसोई गैस है 350-400 रुपये सीगा, उही 750-800-850-850 ਕਿਵੇਂ ਲੋਕਾਂ ਨੂੰ ਉੱਲੂ ਬਣਾਇਆ ਗਿਆ, ਕਿਵੇਂ ਲੋਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਗਿਆ, ਕਿਵੇਂ ਲੋਕਾਂ ਨੂੰ ਝੂਠ ਬੋਲ ਬੋਲ ਕੇ ਉਹਨਾਂ ਨੂੰ ਗਲਤ ਸੁਪਨੇ ਦਿਖਾ ਕੇ ਅੱਛੇ ਦਿਨ ਆਏਗੇ। 70 ਸਾਲ ਦੇ ਵਿੱਚ ਦੂਜੀਆਂ ਸਰਕਾਰਾਂ ਨੇ ਕੀ ਕੀਤਾ, ਇਹ ਚੀਜ਼ ਦਾ ਝੂਠ ਤੂਫਾਨ ਬੋਲ ਬੋਲ ਕੇ ਦਿਮਾਗ ਖਰਾਬ ਕਰ ਦਿੱਤਾ ਗਿਆ। ਅਤੇ ਫਿਰ ਕੀਤਾ ਕੀ, ਆਖਿਰਕਾਰ ਹਿੰਦੁਸਤਾਨ ਦਾ ਨੁਕਸਾਨ ਕਰਤਾ ਨੋਟਬੰਦੀ ਨਾਲ ਔਰ GST ਦੇ ਨਾਲ। ਔਰ ਉਸ ਤੋਂ ਬਾਅਦ ਮਹਾਂਮਾਰੀ ਜਿਹੜੀ ਚੀਨ ਤੋਂ ਚੱਲੀ, ਕਰੋਨਾ ਜਿਹੜੀ ਮਾਰਚ ਦੇ ਵਿੱਚ, ਜਿਉਂ ਮਾਰਚ ਤੋਂ ਮਹਾਂਮਾਰੀ ਚੱਲੀ, ਹਜੇ ਤੱਕ ਉਹ ਮਹਾਂਮਾਰੀ ਕੰਟਰੋਲ ਦੇ ਵਿੱਚ ਨਹੀਂ ਆਈ। ਕੋਈ ਸੈਂਟਰ ਸਰਕਾਰ ਤੋਂ ਕੋਈ ਵੀ ਪੋਲਸੀ ਇੱਦਾਂ ਦੀ ਨਹੀਂ ਬਣੀ ਕਿ ਉਹ ਮਹਾਂਮਾਰੀ ਨੂੰ ਕੰਟਰੋਲ ਦੇ ਵਿੱਚ ਕਰ ਸਕਣ, ਜਾਂ ਕੋਈ ਉਪਾਅ ਕਰ ਸਕਣ, ਉਹਦੀ ਵੈਕਸੀਨੇਸ਼ਨ ਲਿਆ ਸਕਣ, ਕਿਸੇ ਤਰ੍ਹਾਂ ਦੀ ਕੋਈ ਵੀ ਪੋਲਸੀ ਉਹਦੇ ਬਚਾਅ ਲਈ ਨਹੀਂ ਬਣੀ। ਉਸ ਤੋਂ ਬਾਅਦ ਅੰਬਾਨੀ ਅਡਾਨੀ ਨੇ ਜਦੋਂ ਫਿਰ ਇਹਨਾਂ ਨਾਲ ਗੱਲ ਕੀਤੀ ਕਿ ਸਾਡਾ ਹਜੇ ਲੋਕਾਂ ਦਾ ਲਹੂ ਪੀ ਕੇ ਢਿੱਡ ਨਹੀਂ ਭਰਿਆ, ਮੋਦੀ ਸਾਹਿਬ ਸਾਨੂੰ ਹੋਰ ਕੁਛ ਦਿਓ, ਫਿਰ ਮੋਦੀ ਸਾਹਿਬ ਨੇ ਦੇਖਿਆ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਹੈ, ਕਿਉਂ ਨਾ ਪੰਜਾਬ ਦੇ ਲੋਕਾਂ ਨੂੰ ਦੁਖੀ ਕੀਤਾ ਜਾਵੇ, ਇੱਥੋਂ ਦੇ ਜਿਹੜੇ ਕਿਸਾਨ ਆ, ਜੱਟ ਲੋਕ ਆ, ਉਹਨਾਂ ਦੀਆਂ ਜ਼ਮੀਨਾਂ ਨੂੰ ਸ਼ਿਕੰਜੇ ਦੇ ਵਿੱਚ ਕੀਤਾ ਜਾਵੇ। ਫਿਰ ਇਹਨਾਂ ਨੇ MSP ਵਾਲਾ ਔਰ ਇੱਦਾਂ ਦੇ ਕਾਨੂੰਨ, ਕਾਲੇ ਕਾਨੂੰਨ ਲਿਆਤੇ ਕਿ ਜਿਹੜਾ ਮਾਲਕ ਹੈਗਾ ਆਪਣੇ ਖੇਤ ਦਾ ਹੀ, ਉਹ ਮਾਲਕ ਨਹੀਂ ਰਹੂਗਾ, ਉਹ ਨੌਕਰ ਬਣ ਕੇ ਰਹਿ ਗਿਆ। ਪਰ ਮੋਦੀ ਸਾਹਿਬ ਇੱਕ ਗੱਲ ਤੁਸੀਂ ਭੁੱਲ ਗਏ, ਜਿਹੜਾ ਪੰਜਾਬ ਆ, ਪੰਜਾਬ ਦੇ ਕਿਸਾਨ ਆ, ਪੰਜਾਬ ਦੇ ਜੱਟ ਆ, ਪੰਜਾਬੀ ਲੋਕ ਆ, ਹਮੇਸ਼ਾ ਅੱਗੇ ਰਹੇ ਆ, ਤਸ਼ੱਦਤਾਂ ਉਹਨਾਂ ਨੇ ਸਹੀਆਂ, ਗੁਰੂ ਗੋਬਿੰਦ ਸਿੰਘ ਦੇ ਚੇਲੇ ਆ,
ਹੈਗੇ ਹਾਂ ਔਰ ਰਹਾਂਗੇ। ਇੱਥੇ ਤੁਸੀਂ ਆਪਣੇ ਜ਼ੁਲਮ ਜਿੰਨੇ ਮਰਜ਼ੀ ਕਰ ਲਓ, ਸਹਿਣ ਦੀ ਸਮਰੱਥਾ ਵੀ ਰੱਖਦੇ ਹਾਂ ਔਰ ਕਾਲੇ ਕਾਨੂੰਨ ਜਿਹੜੇ ਤੁਸੀਂ ਬਣਾਏ ਆ ਉਹਨਾਂ ਨੂੰ ਬਦਲਣ ਦਾ ਜਜ਼ਬਾ ਵੀ ਮਨ ਦੇ ਵਿੱਚ ਰੱਖਦੇ ਹਾਂ। ਇੱਥੇ ਤੁਹਾਨੂੰ ਗਲਤ ਸਾਬਤ ਕਰਾਂਗੇ, ਸਾਰੀ ਦੁਨੀਆ ਲਈ ਤੁਸੀਂ GST ਲਾਇਆ ਔਰ ਤੁਸੀਂ ਨੋਟਬੰਦੀ ਕੀਤੀ, ਪਰ ਜੋ ਤੁਸੀਂ ਹਾਲਾਤ ਪੰਜਾਬ ਦੇ ਕਿਸਾਨਾਂ ਦਾ ਕਰਤਾ, ਕਿਸਾਨੀ ਦਾ ਕਰਤਾ, ਉਹ ਹਾਲਾਤ ਅੱਜ ਤੱਕ ਕਿਸੇ ਵੀ ਸੈਂਟਰ ਸਰਕਾਰ ਨੇ ਨਹੀਂ ਕੀਤੇ। ਪਰ ਤੁਸੀਂ ਇਹ ਭੁੱਲ ਗਏ, ਪੰਜਾਬ ਦੇ ਵਿੱਚ ਇਹ ਕੰਮ ਚੱਲਣਾ ਨਹੀਂ। ਮੀਡੀਆ ਸਾਰਾ ਤੁਸੀਂ ਖਰੀਦ ਲਿਆ, ਲੋਕ ਸਾਰੇ ਤੁਸੀਂ ਖਰੀਦ ਲਏ, ਪਰ ਹੋਇਆ ਕੀ, ਉਹ ਬੈਠੇ ਆ ਸਾਰੇ ਸਾਡੇ ਪੰਜਾਬੀ, ਹਰਿਆਣਾ ਵੀ ਟੱਪ ਗਏ, ਦਿੱਲੀ ਜੰਤਰ ਮੰਤਰ ਤੁਹਾਡੇ ਜਿੰਨੇ ਦਫ਼ਤਰ ਬਣਾਏ ਉੱਥੇ ਪਹੁੰਚਣ ਵਾਲੇ ਆ ਸਾਰੇ। ਤੁਸੀਂ RSS ਅਤੇ ਅੰਬਾਨੀ ਅਡਾਨੀ ਦੇ ਮਗਰ ਲੱਗ ਕੇ ਕਰਤਾ ਬੈਠੇ ਕੰਮ, ਪਰ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਪਤਾ ਨਹੀਂ। ਗੁਰੂਆਂ ਦੇ ਚੇਲੇ ਆ ਗੁਰੂ ਗੋਬਿੰਦ ਸਿੰਘ ਦੇ, ਉਹਨਾਂ ਦਾ ਸਿਰ 'ਤੇ ਹੱਥ ਆ। ਇੱਥੇ ਅਕਬਰ ਵੀ ਆ ਕੇ ਚਲੇ ਗਏ, ਠੀਕ ਹੈ ਜੀ, ਔਰੰਗਜ਼ੇਬ ਵੀ ਆ ਕੇ ਚਲੇ ਗਏ। ਉਹਨਾਂ ਦੀਆਂ ਜਿਹੜੀਆਂ ਸਮਾਧਾਂ 'ਤੇ ਅੱਜ ਦੀਵੇ ਬਾਲਣ ਨੂੰ ਤੇਲ ਹੈ ਨਹੀਂ, ਔਰ ਜਿਨ੍ਹਾਂ ਨੇ ਤਸ਼ੱਦਤਾਂ ਸਹੀਆਂ ਸਾਡੇ ਗੁਰੂਆਂ ਨੇ, ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਅੱਜ ਉਹ ਗੁਰਦੁਆਰਿਆਂ ਦੇ ਵਿੱਚ ਦੇਖ ਲਓ, ਲੰਗਰ 24 ਘੰਟੇ ਚੱਲਦਾ, 12 ਮਹੀਨੇ 30 ਦਿਨ ਚੱਲਦਾ, ਲੱਖਾਂ ਲੋਕਾਂ ਦਾ ਜਿਹੜਾ ਹੈਗਾ ਲੰਗਰ ਉੱਥੇ ਤਿਆਰ ਹੁੰਦਾ। ਇਹ ਪੰਜਾਬੀ ਲੋਕ ਇਹ ਆ, ਜਜ਼ਬਾ ਉਹਨਾਂ ਦਾ ਇਹ ਆ, ਇਹ ਲੋਕਾਂ ਨੂੰ ਦੁਖੀ ਕਰਕੇ, ਉਹਨਾਂ ਦੀ ਆਤਮਾ ਤੜਪਾ ਕੇ, ਸਾਰੀ ਦੁਨੀਆ ਤੜਪਾ ਕੇ, ਤੁਹਾਨੂੰ ਕੀ ਮਿਲਣਾ? ਖਾਣੀਆਂ ਉਹੀ 2 ਰੋਟੀਆਂ ਹੀ ਆ। ਤੁਸੀਂ ਚੈਨ ਨਾਲ ਨਹੀਂ ਖਾਣ ਦਿਓਗੇ ਤਾਂ ਗੁਰੂਆਂ ਦਾ, ਪੰਜਾਬੀਆਂ ਦਾ ਸਿਰ 'ਤੇ ਬਹੁਤ ਮਿਹਰ ਭਰਿਆ ਹੱਥ ਹੈਗਾ ਅਤੇ ਅੱਗੇ ਵੀ ਰਹੂਗਾ। ਦੂਜੀ ਗੱਲ, ਸਭ ਤੋਂ ਵੱਡੀ ਗੱਲ ਇੱਕ ਕਰਨ ਲੱਗਾ ਕਿ ਗਵਾਂਢ ਕਦੀ ਵੀ ਮਾੜਾ ਨਹੀਂ ਹੋਣਾ ਚਾਹੀਦਾ। ਸਾਡੇ ਪੰਜਾਬੀਆਂ ਦਾ ਗਵਾਂਢ ਹੈਗਾ ਪੰਜਾਬ ਦਾ ਹਰਿਆਣਾ, ਔਰ ਹਰਿਆਣਾ ਖੱਟੜ ਸਰਕਾਰ, ਐਡੀ ਮਾੜੀ ਸਰਕਾਰ, ਐਡੀ ਨਿਕੰਮਾ ਬੰਦਾ ਨਿਕਲਿਆ, ਸਾਰੇ ਪਾਸੇ ਚਾਰੇ ਦੇ ਚਾਰੇ ਸਾਡੇ ਉਹਨੇ ਬਾਰਡਰ ਸੀਲ ਕਰਤੇ, ਪੰਜਾਬੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ। ਫਿਰ ਹੋਇਆ ਕੀ, ਹਰਿਆਣੇ ਦੇ ਲੋਕਾਂ ਨੇ, ਹਰਿਆਣੇ ਦੇ ਕਿਸਾਨਾਂ ਨੇ, ਜੱਟਾਂ ਨੇ ਸਾਡਾ ਸਾਥ ਦਿੱਤਾ, ਆਪਣੇ ਖੇਤਾਂ ਦੇ ਵਿੱਚੋਂ ਦੀ ਉਹਨਾਂ ਨੇ ਰਸਤੇ ਬਣਾਏ, ਉਹਨਾਂ ਨੇ ਰਸਤੇ ਦਿੱਤੇ। ਉਹਨਾਂ ਨੇ ਵੀ ਦੇਖਿਆ ਕਿ ਇਹ ਲੋਕ ਬੜੇ ਤਸ਼ੱਦਦ ਸਹਿ ਚੁੱਕੇ ਆ ਔਰ ਸਹਿਣ ਵਾਲੇ ਹੈਗੇ ਆ। ਉਹਨਾਂ ਨੇ ਆਪਣੇ ਖੇਤਾਂ ਵਿੱਚ ਦੀ, ਆਪਣੇ ਪਿੰਡਾਂ ਦੇ ਵਿੱਚ ਦੀ ਰਸਤਾ ਦੇ ਕੇ ਦਿੱਲੀ ਵੱਲ ਨੂੰ ਕੂਚ ਕਰਾਉਣ ਦੀ, ਨਾਲ ਉਹਨਾਂ ਨੇ ਸਿੱਖਿਆ ਵੀ ਦਿੱਤੀ। ਔਰ ਪਰਮਾਤਮਾ, ਅਸੀਂ ਉਹਨਾਂ ਨੂੰ ਕਹਿੰਦੇ ਜਿਨ੍ਹਾਂ ਨੇ ਇਹ ਰਸਤਾ ਦਿੱਤਾ, ਪਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਉਹਨਾਂ ਨੂੰ ਵੀ ਕਰਵਾਵੇ। ਗੁਰੂ ਸਾਹਿਬ ਦੇ ਚੇਲੇ ਆ, ਰੋਗਨ ਵਾਲੇ ਤਾਂ ਹੈ ਨਹੀਂ, ਪਰ ਜੋ ਤੁਸੀਂ ਪੰਜਾਬ ਦੇ ਹਾਲਾਤ ਕਰ ਰਹੇ ਹੋ, ਪੁਰਾਣੇ ਪੰਜਾਬ ਜਿਵੇਂ ਪੁਰਾਣੀ ਸੁਲਗ ਦੀ ਅੱਗ ਸੀਗੀ, ਉਹਨੂੰ ਸੁਲਗਾਉਣ ਨੂੰ ਲੱਗੇ ਹੋ, ਪੰਜਾਬ ਦੇ ਟੋਟੇ ਕਰਨ ਨੂੰ ਲੱਗੇ ਹੈ, ਇਹ ਟੋਟੇ ਹੋਣੇ ਨਹੀਂ ਤੁਹਾਡੇ ਤੋਂ। ਇੱਥੇ ਬੜੇ ਪਹਿਲਾਂ ਔਰੰਗਜ਼ੇਬ ਅਤੇ ਅਕਬਰ ਵਰਗੇ ਆ ਕੇ ਮੁੜ ਗਏ, ਪੰਜਾਬ ਨੂੰ ਅਸੀਂ ਆਪਣੇ ਹਿਸਾਬ ਨਾਲ ਚਲਾਵਾਂਗੇ, ਟੋਟੇ ਕਰਾਂਗੇ, ਜੇ ਕਰਾਂਗੇ ਬਹੁ ਕਰਾਂਗੇ। ਹੁਣ ਉਸੇ ਤਰ੍ਹਾਂ ਹੀ ਅੰਬਾਨੀ ਅਡਾਨੀ ਸੋਚਦੇ ਆ ਕਿ ਅਸੀਂ ਮੋਦੀ ਸਾਹਿਬ ਤੋਂ ਐਂ ਕਰਵਾਵਾਂਗੇ, ਪੰਜਾਬ ਨੂੰ ਐਂ ਕਰਾਵਾਂਗੇ। ਸਾਡੀ ਪੰਜਾਬ ਸੋਨੇ ਦੀ ਚਿੜੀ ਹੈਗੀ ਆ ਔਰ ਰਹੂਗੀ। ਔਰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਤੁਹਾਨੂੰ ਕਿ ਬੇਵਜ੍ਹਾ ਦੇ ਨਾਲ ਪੰਜਾਬੀਆਂ ਨਾਲ, ਪੰਜਾਬ ਦੇ ਕਿਸਾਨਾਂ ਨਾਲ ਇੱਦਾਂ ਦਾ ਧੱਕਾ ਨਾ ਕਰੋ। ਫਿਰ ਗੁਰੂ ਮਹਾਰਾਜ ਦਾ ਤੁਹਾਨੂੰ ਪਤਾ, ਗੁਰੂ ਮਹਾਰਾਜ ਜੀ ਦਾ ਜਦੋਂ ਉਹਨਾਂ ਦਾ ਬਚਨ ਚੱਲਦਾ ਅਤੇ ਅੱਗੋਂ ਵੱਡੇ ਵੱਡੇ ਵੀ ਆ ਜਿਹੜੇ ਉਹ ਢਹਿ ਢੇਰੀ ਹੋ ਜਾਂਦੇ ਆ। ਅੱਜ ਤੁਹਾਨੂੰ ਰੱਬ ਨਹੀਂ ਚੇਤੇ, ਹਰੇਕ ਬੰਦੇ ਨੂੰ ਰੱਬ ਨੂੰ ਚੇਤੇ ਰੱਖਣਾ ਚਾਹੀਦਾ ਕਿ ਹਰ ਇਨਸਾਨ ਦੇ ਵਿੱਚ ਜਿਹੜਾ ਹੈਗਾ ਪਰਮਾਤਮਾ ਵਸਦਾ ਵਾ, ਉਹਦੀ ਮਿਸਾਲ ਹਰੇਕ ਇਨਸਾਨ ਦੇ ਦਿਲ ਦੇ ਵਿੱਚ ਹੈਗੀ ਆ। ਤੁਸੀਂ ਨਿੱਕੇ ਨਿੱਕੇ ਪਰਿਵਾਰਾਂ ਨੂੰ, ਨਿੱਕੇ ਨਿੱਕੇ 2-2, 3-3 ਕਿੱਲੇ ਵਾਲੇ ਵੀ ਜਾਂ 20-20 ਕਿੱਲੇ ਵਾਲੇ ਵੀ, ਨਿੱਕੇ ਤੋਂ ਛੋਟੇ ਕਿਸਾਨ ਸਾਰੇ ਦੁਖੀ ਕਰਤੇ। ਅੱਜ ਉਹਨਾਂ ਦੇ ਪਰਿਵਾਰਾਂ ਦੇ ਨਿੱਕੇ ਨਿੱਕੇ ਬੱਚੇ, ਉਹਨਾਂ ਦੀਆਂ ਬੀਬੀਆਂ 6-6, 8-8 ਮਹੀਨੇ ਦਾ ਰਾਸ਼ਨ ਲੈ ਕੇ ਵੀ ਟਰਾਲੀਆਂ 'ਚ ਉੱਥੇ ਪਹੁੰਚੀਆਂ ਹੋਈਆਂ, ਤੁਸੀਂ ਉਹਨਾਂ ਨੂੰ ਵੀ ਪਰੇਸ਼ਾਨ ਕਰਤਾ। ਔਰ ਸਾਰੇ ਲੋਕ ਹਾਹਾਕਾਰ ਮਚੀ ਪਈ, ਹਾਏ ਹਾਏ ਕਰਦੀ ਹੈ, ਹਾਏ ਹਾਏ ਹੋਏ ਪਈ ਹੈ। ਸੋ ਇਹ ਹਜੇ ਵੀ ਮੌਕਾ ਵਾ, ਪੰਜਾਬ ਨੂੰ ਬਚਾ ਲਓ ਔਰ ਆਪ ਦੇਸ਼ ਨੂੰ ਬਚਾ ਲਓ, ਹਜੇ ਵੀ ਮੌਕਾ ਵਾ।
नहीं तो पता नहीं किदां दी परलो आवे, किदां दी शुरुआत है, किदां दी परलो आवे, किदां दी ना आवे, ये परमात्मा ही जानता। मेरी इन्नी क बेनती हैगी है, फिर भी दोबारा मैं थोनों बेनती करदा कि कांग्रेस पार्टी वालों भी मैं बेनती करदा, साडे ओबीसी डिपार्टमेंट वालों भी मैं बेनती करदा कि तुसी ये जिहड़ी परलो आ रही है इहनूं हजे भी तुसी कंट्रोल कर सकदे हो और इहनूं कंट्रोल कर लो, नहीं तो बहुत माड़ा हाल, जे पंजाब का माड़ा हाल होया तो पूरे देश का माड़ा हाल हो जाना। इन्नी क बेनती करते हैं यू जो तुसी अपना सोचा वा फैसला लिता उन्होंने दोबारा फैसले नूं बदलो, उन्होंने दोबारा सोचो ता कि किसी का कोई जानी मानी नुकसान ना हो और जड़ी आत्मा तड़पदी है उन्होंने शांति मिले। धन्यवाद। जय हिंद।